ਜਿੰਨੀ ਵਾਰੀ ਮੈਂ ਪੀਰ ਪੀਰ ਕਹਿ ਲਿਆ ਸ਼ਜਰਾ ਪੜ ਲੈਣਾ, ਉੱਥੇ ਹੀ ਜਾ ਕੇ ਮੁਜੱਦਦ ਦਾ ਨਾਂ ਆਏਗਾ। ਮੁਜੱਦਦ ਰਮਜ਼ਾਨੀ ਰਹਿਮਤੁਲਾਹ ਅਲੈਹ ਫਰਮਾਤੇ ਹੈ, ਏ ਖੁਦਾ ਏ ਬਜ਼ੁਰਗ ਕੋ ਬਖਤਰ, ਮੈਂ ਤੁਝੇ ਇਸ ਲਈ ਕਹਿਤਾ ਹੂੰ ਕਿ ਮੇਰੇ ਮੁਹੰਮਦ ਨੇ ਤੁਝੇ ਹੁਣ ਕਹਿ ਲਿਓ ਗੱਲ ਸਾਰੀ, ਗੱਲ ਸਾਰੀ, ਗੱਲ ਸਾਰੀ। ਕਿਸ ਕੋ ਪਤਾ ਥਾ ਖੁਦਾ ਏ ਕਿਆ ਪਤਾ ਨਾ, ਇਹ ਤੋ ਹਜ਼ੂਰ ਨੇ ਬਤਾਇਆ। 360 ਬੁੱਤ ਜਨਾਬ ਇਧਰ ਕੱਛ ਵਿੱਚ ਦਿੱਤੇ ਆ, ਇਧਰ ਬੁੱਤ ਕੱਛ ਵਿੱਚ ਦਿੱਤੇ ਆ, ਇਹ ਬਰਸਾਤ ਨਾਜ਼ਰ ਕਰਦਾ ਹੈ ਤੇ ਇਹ ਜਨਾਬ ਮੁੰਡੇ ਦਿੰਦਾ ਹੈ ਤੇ ਇਹ ਕੁੜੀਆਂ ਦਿੰਦਾ ਹੈ ਤੇ ਇਹ ਜਨਾਬ ਤੂਫਾਨ ਰੋਕਦਾ ਹੈ ਤੇ ਇਹ ਕਸ਼ਤੀਆਂ ਪਾਰ ਲਗਾਤਾ ਹੈ। ਹਜ਼ੂਰ ਅਲੈਹਿ ਸਲਾਮ ਨੇ ਅਕਰ ਫਰਮਾਇਆ ਅੱਲਾਹ ਵਾਹਦ ਸੁਭਾਨ ਅੱਲਾਹ, ਅੱਲਾਹ ਇੱਕ ਹੈ। ਤੂੰ ਜਿਹੜਾ ਇੱਕ ਹੈ ਉਹਨੇ ਮਹਬੂਬ ਨੂੰ ਫਰਮਾਇਆ ਕੁੱਲ ਮਹਬੂਬ ਸਾਡਾ ਇੱਕ ਹੋਣਾ ਹੈ, ਨਾ ਅਖੀ ਅੱਲਾਹ ਵਾਹਦ ਕੁੱਲ ਮਹਬੂਬਾ ਸਾਰੇ ਬਾਅਦ ਵਿੱਚ ਆਖਣ ਪਹਿਲੇ ਤੁਸਾਂ ਆਖੋ। مطلب یہ ہے کہ تا صبح قیامت جو بھی میری توحید کا اعلان کرے وہ میرے محمد کے پیچھے ہو کر کرے، برابر ہو کر بھی نہ کرے۔ کل کا مطلب یہ کل آپ فرماؤ تاکہ قیامت تک اگر کوئی غوث کتب ابدال کلندر پیر فقیر میری توحید کا اعلان کرے تو یہ کہہ کر کرے، یہ میں اس لیے کہہ رہا ہوں کہ محمد پاک نے فرمایا۔ سبحان اللہ، اس لیے وہ تو اپنی توحید بھی تمہارے منہ سے سننا چاہتا ہے تو یار کے یار کے یار کے واسطے یار کے واسطے سے سننا چاہتا ہے۔ وہ رب تعالیٰ اپنا نام نہیں سننا چاہتا تم سے، اگر مصطفیٰ کا بیچ میں وسیلہ نہ ہو وہ کہتا ہے کل محبوبہ تو بچا کہ میرے سارے آکھڑ اللہ ایک کے تو میں بھی بچا ہاں تو میں ایک کیا، پر محبوبہ تیرے منہ دا اعلان ہے جڑی ساڈی توحید دا اعلان ہے۔ سبحان اللہ،